ਅੱਜਕੱਲ ਦੀ ਜੀਵਨ ਸ਼ੈਲੀ ਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਦਫ਼ਤਰੀ ਕੰਮ ਬੈਠਣ ਵਾਲਾ ਹੁੰਦਾ ਹੈ ਸੋ ਲੋਕ ਘੰਟਿਆਂ ਬੰਦੀ ਬੈਠ ਕੇ ਕੰਮ ਕਰਦੇ ਹਨ ਅਤੇ ਫਿਰ ਕਾਰ ਦੇ ਰਾਹੀਂ ਘਰ ਆਉਣਾ ਅਤੇ ਫਿਰ ਘਰ ਦੇ ਵਿੱਚ ਜਾ ਕੇ ਸੋਫੇ ਤੇ ਬੈਠਣਾ ਇਹ ਸਾਰੇ ਅਜਿਹੇ ਕੰਮ ਹਨ ਜਿਨ੍ਹਾਂ ਦੇ ਵਿੱਚ ਲੋਕ ਆਪਣਾ ਜ਼ਿਆਦਾਤਰ ਸਮਾਂ ਬੈਠ ਕੇ ਹੀ ਬਿਤਾਉਂਦੇ ਨੇ ਪਰ ਜੇ ਤੁਸੀਂ ਇਸ ਨੂੰ ਨਿਯਮਿਤ ਤੌਰ ਤੇ ਕਰਦੇ ਹੋ ਤਾਂ ਇਹ ਤੁਹਾਨੂੰ ਗਲੂਟਲ ਐਮੀਨੀਸ਼ੀਆ ਦੀ ਸਥਿਤੀ ਦੇ ਵਿੱਚ ਲਿਆਵੇਗਾ ਸੋ ਇਸ ਨੂੰ ਡੈਡ ਬਟ ਸਿੰਡਰੋਮ ਵੀ ਕਿਹਾ ਜਾਂਦਾ ਸੋ ਮਸ਼ਹੂਰ ਗੋਲਫਰ ਟਾਈਗਰ ਵੁੱਡ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ ਸੋ ਮਾਹਿਰ ਡਾਕਟਰ ਨੇ ਦੱਸਿਆ ਕਿ ਗਲੂਟੀਅਸ ਸਾਡੇ ਸਰੀਰ ਦੀ ਸਭ ਤੋਂ ਵੱਡੀ ਮਾਸਪੇਸ਼ੀ ਹੈ ਅਤੇ ਇਹ ਸਭ ਤੋਂ ਵੱਧ ਸ਼ੌਕ ਆਬਜ਼ਰਵਰ ਹੁੰਦੀ ਹੈ ਭਾਵ ਕਿ ਇਹ ਸਰੀਰ ਤੋਂ ਹਰ ਤਰ੍ਹਾਂ ਦੇ ਦਬਾਅ ਨੂੰ ਸੋਖ ਲੈਂਦਾ ਹੈ ਗਲੂਟੀਅਲ ਮੈਕਸਿਮਸ ਇੱਕ ਮੈਡੀਕਲ ਸ਼ਬਦ ਹੈ ਜੋ ਕਿ ਕਮਰ ਦੀ ਮਾਸਪੇਸ਼ੀ ਦੇ ਲਈ ਵਰਤਿਆ ਜਾਂਦਾ ਹੈ ਉਹਨਾਂ ਕਿਹਾ ਹੈ ਕਿ ਜੇਕਰ ਇਹ ਸਹੀ ਢੰਗ ਨਾਲ ਨਹੀਂ ਚੱਲੇਗੀ ਤਾਂ ਇੱਕ ਸਮੱਸਿਆ ਤੋਂ ਕਈ ਸਮੱਸਿਆਵਾਂ ਹੋਰ ਪੈਦਾ ਹੋ ਜਾਣਗੀਆਂ ਹੈਮਸਟ੍ਰਿੰਗ ਦੀਆਂ ਮਾਸਪੇਸ਼ੀਆਂ ਪਹਿਲਾਂ ਫਟਣੀਆਂ ਸ਼ੁਰੂ ਹੋ ਜਾਣਗੀਆਂ ਇਸ ਦੇ ਵਿੱਚ ਇਹ ਮਾਸਪੇਸ਼ੀਆਂ ਕੂਲੇ ਦੇ ਬਿਲਕੁਲ ਹੇਠਾਂ ਹੁੰਦੀਆਂ ਨੇ ਇਸ ਤੋਂ ਬਾਅਦ ਸਾਈਟਿਕਾ ਵੀ ਸ਼ੁਰੂ ਹੋ ਜਾਵੇਗਾ ਤੇ ਫਿਰ ਸ਼ਿਨ ਸਪਲਿੰਟਸ ਦੀ ਸਮੱਸਿਆ ਹੋਵੇਗੀ ਯਾਨੀ ਕਿ ਲੱਤਾਂ ਦੇ ਹੇਠਾਂ ਦੀਆਂ ਮਾਸਪੇਸ਼ੀਆਂ ਫਟਣ ਲੱਗ ਜਾਣਗੀਆਂ ਇਸ ਤੋਂ ਬਾਅਦ ਗੋਡਿਆਂ ਦੇ ਵਿੱਚ ਗਠੀਆਂ ਹੋਣ ਵੀ ਲੱਗ ਜਾਵੇਗਾ ਇਸ ਦਾ ਮਤਲਬ ਹੈ ਕਿ ਇੱਕ ਬਿਮਾਰੀ ਖਤਮ ਨਹੀਂ ਹੋਈ ਤਾਂ ਦੂਸਰੀ ਸ਼ੁਰੂ ਹੋ ਜਾਵੇਗੀ ਗਲੂਟਿਲ ਐਮੀਨੀਸ਼ੀਆ ਗਲੂਟਿਲ ਐਮੀਨੀਸ਼ੀਆ ਉਦੋਂ ਹੁੰਦਾ ਹੈ ਜਦੋਂ ਪਿੱਠ ਦੀਆਂ ਮਾਸਪੇਸ਼ੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਨੇ ਜਦੋਂ ਪਿੱਠ ਦੀਆਂ ਮਾਸਪੇਸ਼ੀਆਂ ਦੀ ਵਰਤੋਂ ਘੱਟ ਹੋਣ ਲੱਗਦੀ ਹੈ ਤਾਂ ਕੁਝ ਸਮੇਂ ਬਾਅਦ ਇਹ ਮਾਸਪੇਸ਼ੀਆਂ ਭੁੱਲ ਜਾਂਦੀਆਂ ਨੇ ਕਿ ਉਹਨਾਂ ਨੇ ਕਿਹੜਾ ਕੰਮ ਕਰਨਾ ਹੈ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੋ ਤੁਸੀਂ ਅਗਰ ਇਸ ਨੂੰ ਨਹੀਂ ਵਰਤੋਗੇ ਤਾਂ ਇਹ ਖਰਾਬ ਹੋ ਜਾਵੇਗਾ ਸਕੂਲੇ ਦੀਆਂ ਮਾਸਪੇਸ਼ੀਆਂ ਲੱਤਾਂ ਅਤੇ ਬਾਹਾਂ ਦੀਆਂ ਮਾਸਪੇਸ਼ੀਆਂ ਤੋਂ ਵੱਖਰੀਆਂ ਹੁੰਦੀਆਂ ਨੇ ਕਿਉਂਕਿ ਉਹਨਾਂ ਦੀਆਂ ਨਸਾਂ ਅੰਦਰ ਦੱਬੀਆਂ ਹੁੰਦੀਆਂ ਨੇ ਇਸ ਦੇ ਲਈ ਜੇ ਇਸ ਦੇ ਵਿੱਚ ਕੁਝ ਹੁੰਦਾ ਹੈ ਤਾਂ ਇਸ ਵਿੱਚ ਚੁਭਣ ਮੁਸ਼ਕਿਲ ਦੇ ਨਾਲ ਹੀ ਮਹਿਸੂਸ ਹੁੰਦੀ ਹੈ ਇਸ ਕਾਰਨ ਕੁਝ ਲੋਕਾਂ ਨੂੰ ਬੈਠਣ ਵੇਲੇ ਹਲਕਾ ਜਿਹਾ ਦਰਦ ਮਹਿਸੂਸ ਹੋ ਸਕਦਾ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਉਹ ਤਾਂ ਕੋਈ ਦਰਦ ਮਹਿਸੂਸ ਨਹੀਂ ਹੁੰਦਾ ਜਦੋਂ ਤੱਕ ਉਹ ਸੈਰ ਜਾਂ ਫਿਰ ਹੋਰ ਕਸਰਤ ਨਹੀਂ ਕਰਦੇ ਡਾਕਟਰਾਂ ਨੇ ਦੱਸਿਆ ਹੈ ਕਿ ਜੇਕਰ ਤੁਹਾਡੇ ਹਿਪਸ ਸੱਚਮੁੱਚ ਡੈਡ ਹੋ ਚੁੱਕੇ ਹਨ ਤਾਂ ਇਸ ਦੇ ਨਾਲ ਬਹੁਤ ਮੁਸ਼ਕਿਲ ਹੋ ਸਕਦੀ ਹੈ ਕਿਉਂਕਿ ਇੱਕ ਸਮਾਂ ਅਜਿਹਾ ਆਵੇਗਾ ਤੁਸੀਂ ਖੜੇ ਵੀ ਨਹੀਂ ਹੋ ਸਕੋਗੇ ਸੋ ਇਸਦਾ ਕਿੰਜ ਬਚਾ ਕੀਤਾ ਜਾ ਸਕਦਾ ਹੈ ਸੋ ਡਾਕਟਰ ਨੇ ਦੱਸਿਆ ਹੈ ਕਿ ਗਲੂਟੀਅਸ ਆਪਣੇ ਆਪ ਨੂੰ ਐਕਟਿਵ ਕਰਦਾ ਰਹਿੰਦਾ ਹੈ ਪਰ ਜੇਕਰ ਤੁਸੀਂ ਲਗਾਤਾਰ ਬੈਠੇ ਰਹੋਗੇ ਤਾਂ ਇਹ ਆਪਣਾ ਕੰਮ ਭੁੱਲ ਜਾਵੇਗਾ ਜੇ ਸਥਿਤੀ ਦੇ ਵਿੱਚ ਹਰ 30 ਤੋਂ 50 ਮਿੰਟ ਦੇ ਵਿੱਚ ਇੱਕ ਵਾਰ ਜ਼ਰੂਰ ਕੁਝ ਦੇਰ ਦੇ ਲਈ ਖੜੇ ਹੋਵੋ ਅਤੇ ਆਪਣੇ ਹਿਪਸ ਨੂੰ ਥੋੜਾ ਦਬਾਓ ਸੋ ਇਸ ਦੇ ਨਾਲ ਉੱਥੇ ਦੀਆਂ ਨਸਾਂ ਸਰਗਰਮ ਹੋ ਜਾਣਗੀਆਂ ਅਤੇ ਦਿਮਾਗ ਨੂੰ ਵੀ ਮੈਸੇਜ ਜਾਵੇਗਾ ਕਿ ਇਹ ਅੰਗ ਵੀ ਐਕਟਿਵ ਹੈ